हेलो दोस्तों, SSC MTS 2022 ਦੇ ਫਾਰਮ ਆ ਚੁੱਕੇ ਆ ਜੀ। ਮਤਲਬ ਕਿ SSC ਦੇ ਵਿੱਚ MTS ਦੀ ਭਰਤੀ ਆ ਚੁੱਕੀ ਆ ਜੀ 2022 ਦੀ। ਤੇ ਟੋਟਲ ਹੈਗੀਆਂ ਜੀ 3603 ਵੈਕੈਂਸੀਆਂ ਨੇ, ਮਤਲਬ ਕਿ 3603 ਵੈਕੈਂਸੀਆਂ ਨੇ। ਤੇ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਆ ਜੀ ਕਰ ਸਕਦੇ ਆ। ਕੀ ਇਹਦੀ ਰਿਕੁਆਇਰਮੈਂਟ ਆ, ਕਿੱਦਾਂ ਅਪਲਾਈ ਕਰ ਸਕਦੇ ਆ, ਸਾਰਾ ਕੁਝ ਹੀ ਆਪਾਂ ਦੱਸਾਂਗੇ ਜੀ ਇਸ ਵੀਡੀਓ 'ਚ। ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੀ। ਤੇ MTS ਨੂੰ ਮਤਲਬ ਕਿ ਪੈਂਦੇ ਆ ਜੀ ਮਲਟੀ ਟਾਸਕਿੰਗ ਸਟਾਫ, ਫੁੱਲ ਫੇਮ ਜੀ ਨੋਨ ਟੈਕਨੀਕਲ ਦੀ। ਅਤੇ ਆਪਾਂ ਫੀਸ ਦੀ ਗੱਲ ਕਰਦੇ ਹਾਂ, ਐਪਲੀਕੇਸ਼ਨ ਫੀਸ ਦੀ। ਵੈਸੇ 10ਵੀਂ ਬੇਸ 'ਤੇ ਭਰਤੀ ਆ ਜੀ, ਪਹਿਲਾਂ ਹੀ ਤੁਹਾਨੂੰ ਦੱਸ ਦਿੰਦਾ ਵਾਂ। ਅਤੇ ਜਿਹੜੀ ਫੀਸ ਆ ਜੀ ਇਹਦੀ 100 ਰੁਪਇਆ ਫੀਸ ਆ ਜੀ। ਅਤੇ ਵੂਮੈਨ SC ST PW ਅਤੇ XRS-MAN ਦੀ ਕੋਈ ਫੀਸ ਨਹੀਂ ਆ ਜੀ। ਅਤੇ ਜਿਹੜੇ ਵੀ ਮਤਲਬ ਕਿ ਅਦਰ ਕੈਟਾਗਰੀ ਨਾਲ ਸੰਬੰਧਿਤ, ਜਿੱਦਾਂ ਜਰਨਲ ਹੋ ਗਏ, OBC ਹੋ ਗਏ, EWS ਵਾਲੇ ਹੋ ਗਏ ਜੀ, ਉਹ ਵੀ SBI ਚਲਾਣ, ਨੈੱਟ ਬੈਂਕਿੰਗ ਮਤਲਬ ਕਿ ਔਨਲਾਈਨ ਜਾਂ ਆਫਲਾਈਨ ਮਤਲਬ ਕਿ ਆਪਣੀ ਪੇਮੈਂਟ ਕਰ ਸਕਦੇ ਆ ਜੀ। ਅਤੇ 22 ਤਰੀਕ ਤੋਂ ਫਾਰਮ ਭਰਨੇ ਸਟਾਰਟ ਆ ਜੀ। ਲਾਸਟ ਡੇਟ ਹੈਗੀ ਆ ਜੀ 30 ਅਪ੍ਰੈਲ। ਅਤੇ ਮਤਲਬ ਕਿ ਜਿਹੜੀ ਲਾਸਟ ਡੇਟ ਆ ਪੇਮੈਂਟ ਕਰਨ ਦੀ ਉਹ ਹੈਗੀ ਆ ਜੀ 2 ਮਈ। ਅਤੇ ਜਿਹੜਾ ਪੇਪਰ ਤੁਹਾਡਾ ਪਹਿਲਾਂ ਹੋਣਾ ਜੀ ਕੰਪਿਊਟਰ ਬੇਸ, ਉਹ ਜੁਲਾਈ ਦੇ ਵਿੱਚ ਹੋ ਜਾਂਦਾ ਜੀ। ਜਿਹੜਾ ਦੂਜਾ ਪੇਪਰ ਆ ਜੀ ਉਹ ਤੁਹਾਨੂੰ ਬਾਅਦ 'ਚ ਨੋਟੀਫਿਕੇਸ਼ਨ ਦਿੱਤਾ ਜਾਊਗਾ। ਵੈਸੇ 2 ਜੁਲਾਈ 2022 ਦੇ ਵਿੱਚ ਤੁਹਾਡਾ ਪੇਪਰ ਹੋ ਜਾਊਗਾ ਕੰਪਿਊਟਰ ਬੇਸ। ਏਜ ਦੀ ਗੱਲ ਕਰਦੇ ਹਾਂ ਜੀ, ਅਤੇ 18 ਤੋਂ ਲੈ ਕੇ 25 ਸਾਲ ਵਾਲਾ ਕੈਂਡੀਡੇਟ ਇਹਦੇ ਵਿੱਚ ਐਲੀਜੀਬਲ ਆ ਜੀ। ਅਤੇ ਜਿਹੜੇ SC ST OBC ਆ ਜੀ ਉਹਨਾਂ ਜਿਹੜੀ ਛੋਟ ਮਿਲਦੀ ਆ 5 ਸਾਲ ਦੀ, ਅਤੇ OBC ਨੂੰ 3 ਸਾਲ ਦੀ ਉਹ ਮਿਲੂਗੀ ਜੀ। ਅਤੇ ਜਿਹੜੀ ਵੀ ਹੈਗੀ ਆ ਜੀ, ਅਤੇ PW XRS-MAN ਨੂੰ ਜਿਹੜੀ ਜਿਨ੍ਹਾਂ ਨੂੰ ਮਿਲਦੀ ਆ, ਠੀਕ ਆ ਜੀ। ਅਤੇ ਤੁਸੀਂ ਦੇਖ ਸਕਦੇ ਹੋ ਕਿਹੜਾ ਕੈਂਡੀਡੇਟ ਕਿਹਦੇ ਵਿੱਚ ਆਉਂਦਾ ਜੀ, ਉਹ ਐਲੀਜੀਬਲ ਆ ਜੀ। 18 ਤੋਂ ਲੈ ਕੇ 25 ਸਾਲ ਦੇ ਵਿੱਚ ਜਿਹੜਾ ਆਉਂਦਾ ਵਾ ਉਹ ਕਰ ਸਕਦਾ ਵਾ। ਅਤੇ ਕੁਆਲੀਫਿਕੇਸ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜੀ, 10ਵੀਂ ਪਾਸ ਵਾਲਾ ਅਪਲਾਈ ਕਰ ਸਕਦਾ ਜੀ। ਅਤੇ ਮੈਂ 3603 ਵੈਕੈਂਸੀਆਂ ਦੱਸ ਚੁੱਕਿਆ ਜੀ, ਬਾਕੀ ਅੱਗੇ ਇਹਦੇ ਵਿੱਚ ਵੈਕੈਂਸੀਆਂ ਵੱਧ ਸਕਦੀਆਂ ਨੇ ਕਈ ਯਾਰ, ਇਸ ਕਰਕੇ ਟੈਨਸ਼ਨ ਨਹੀਂ ਲੈਣੀ, ਵੈਕੈਂਸੀਆਂ ਵੱਧ ਹੀ ਮੰਨ ਕੇ ਚੱਲਣੀਆਂ ਤੁਸੀਂ। ਅਤੇ ਆਪਾਂ ਨੋਟੀਫਿਕੇਸ਼ਨ ਨੂੰ ਕਲੀਅਰਲੀ ਦੇਖਦੇ ਹਾਂ ਜੀ, ਜਿਹੜੀ ਮੇਨ ਮੇਨ ਜਾਣਕਾਰੀ ਉਹ ਮੈਂ ਤੁਹਾਨੂੰ ਦੇ ਚੁੱਕਿਆ ਜੀ। ਆਪਾਂ ਨੋਟੀਫਿਕੇਸ਼ਨ 'ਤੇ ਜਾਂਦੇ ਹਾਂ ਜੀ। ਹੁਣ ਆਪਾਂ ਮਤਲਬ ਕਿ ਇਹ ਸਾਰੀ ਇਨਫੋਰਮੇਸ਼ਨ ਦੇ ਚੁੱਕੇ ਹਾਂ ਜੀ, ਬਾਕੀ ਜਿਹੜੀ ਜਿਹੜੀ ਹੈਗੀ ਆ ਜੀ ਉਹ ਆਪਾਂ ਦੇਖ ਲੈਂਦੇ ਹਾਂ, ਕਿਉਂਕਿ ਇਹਦੇ ਵਿੱਚ ਕਿਹੜੇ ਕਿਹੜੇ ਇੰਡੀਅਨ ਵਾਲੇ, ਨੇਪਾਲ, ਭੂਟਾਨ ਵਾਲੇ ਐਲੀਜੀਬਲ ਆ ਜੀ, ਅਤੇ ਬਾਕੀ ਜਿਹੜੇ ਹੋਰ ਕੈਟਾਗਰੀ ਨਾਲ ਸੰਬੰਧਿਤ ਜੀ ਉਹ ਕਰ ਸਕਦੇ ਆ। ਅਤੇ ਜਿਹਦੀ ਹੈਗੀ ਹੈ ਜੀ ਏਜ 2/1997 ਤੋਂ ਲੈ ਕੇ 1/1/2004 ਦੇ ਵਿੱਚ ਹੈਗੀ ਉਹ ਐਲੀਜੀਬਲ ਆ ਜੀ। ਅਤੇ ਬਾਕੀ SC ST ਜਿਹੜੇ 25 ਸਾਲ ਜਾਂ ਕੁਦਾ ਹੈਗੇ ਆ ਜੀ, ਵੱਧ ਹੁੰਦੀ ਉਹਨਾਂ ਦੀ, ਜਿੱਦਾਂ SC ST ਨੂੰ 5 ਸਾਲ ਦੀ ਛੋਟ ਹੁੰਦੀ, ਬਿਲਕੁਲ 30 ਸਾਲ ਤੱਕ ਅਪਲਾਈ ਕਰ ਸਕਦੇ ਆ। ਉਹ BC ਵਾਲੇ 28 ਸਾਲ ਤੱਕ ਉਹਨਾਂ ਜਿਹੜੀ ਸਰਕਾਰ ਛੋਟ ਦਿੱਤੀ ਜਾਂਦੀ ਉਹ ਮਿਲੂਗੀ ਜੀ। ਅਤੇ PW ਜਿਹੜੇ ਹੈਗੇ ਆ ਜੀ ਰਿਜ਼ਰਵਡ ਵਿੱਚ ਉਹਨਾਂ 10 ਸਾਲ ਦੀ, OBC 13 ਸਾਲ ਦੀ, ਜਿਹੜੇ PW ਕੈਂਡੀਡੇਟ ਮਿਲ ਕੇ ਹੈਂਡੀਕੈਪ ਆ, SC ST ਦੇ 15 ਸਾਲ, ਜਿਹੜੇ XRS-MAN ਜੀ ਉਹਨਾਂ ਨੂੰ ਆਪਣੇ ਰਿਟਾਇਰਮੈਂਟ ਨੂੰ ਹੋਏ ਨੂੰ 3 ਸਾਲ ਤੋਂ ਵੱਧ ਨਹੀਂ ਹੋਣੇ ਚਾਹੀਦੇ ਜੀ, ਇਸ ਗੱਲ ਨੂੰ ਧਿਆਨ ਰੱਖਣਾ। ਬਾਕੀ ਤੁਸੀਂ ਵੇਖ ਸਕਦੇ ਹੋ ਇਨਫੋਰਮੇਸ਼ਨ ਜਿਹੜੀ ਵੀ ਇਸ ਕੈਟਾਗਰੀ ਨਾਲ ਸੰਬੰਧਿਤ ਆ ਜੀ। ਬਾਕੀ ਆ ਕਿ ਇਹਦੇ ਵਿੱਚ ਤੁਸੀਂ ਕਿੱਦਾਂ ਅਪਲਾਈ ਕਰਨਾ, ਬਾਕੀ ਆਪਾਂ ਹੋਰ ਇਨਫੋਰਮੇਸ਼ਨ ਦੇਖ ਲਈਏ ਜੀ, ਹੋਰ ਕੀ ਹੈਵੇ ਨਾ। ਤੁਹਾਨੂੰ ਮੈਂ ਦੱਸ ਚੁੱਕਿਆ ਜੀ 10ਵੀਂ ਪਾਸ ਇਹਦੀ ਕੁਆਲੀਫਿਕੇਸ਼ਨ ਆ ਜੀ, ਕਿਉਂਕਿ ਜਿਹੜੀ ਇਨਫੋਰਮੇਸ਼ਨ ਜ਼ਰੂਰੀ ਆ ਜੀ ਮੈਂ ਤੁਹਾਨੂੰ ਪ੍ਰੋਵਾਈਡ ਕਰਨਾ ਚਾਹੁੰਦਾ ਜੀ। ਅਤੇ ਜਿਹੜੀ ਤਨਖਾਹ ਤੁਹਾਨੂੰ ਮਿਲਣੀ ਆ ਜੀ 7 ਪੇ ਸਕੇਲ ਦੇ ਅਕੋਰਡਿੰਗ ਤੁਹਾਨੂੰ ਮਿਲਣੀ ਆ। ਐਪਲੀਕੇਸ਼ਨ ਫੀਸ ਬਾਰੇ ਮੈਂ ਪਹਿਲਾਂ ਦੱਸ ਚੁੱਕਾ, ਕਿਉਂਕਿ ਉਹਦੇ ਨੋਟੀਫਿਕੇਸ਼ਨ ਦੇ ਵਿੱਚ ਜਿਹੜੀ ਚੀਜ਼ਾਂ ਦੱਸੀਆਂ ਸੀ ਉਹ ਚੀਜ਼ ਦੱਸੀਆਂ ਦੁਬਾਰਾ। ਅਤੇ ਤੁਹਾਡੇ ਐਗਜ਼ਾਮ ਸੈਂਟਰ ਆ ਜੀ ਜਦੋਂ ਤੁਸੀਂ ਅਪਲਾਈ ਕਰੋਗੇ ਜੀ, ਮਤਲਬ ਕਿ ਆਪਣਾ ਪ੍ਰੀ ਦਾ ਦੂਜਾ ਜਿਹੜਾ ਤੁਹਾਡਾ ਪਹਿਲਾ ਪੇਪਰ ਹੋਣਾ ਜੀ, ਉਹਦੇ ਬਾਰੇ ਤੁਸੀਂ ਆਪਣਾ ਸੈਂਟਰ ਜੋ ਸਿਲੈਕਟ ਕਰੋਗੇ ਕਿੱਥੇ ਕਰਨਾ ਜੀ। ਹਰੇਕ ਸੈਂਟਰ ਜਿਹੜਾ ਵੀ ਹੈਗਾ ਜੀ ਤੁਹਾਡਾ, ਜਿਸ ਵੀ ਸੈਂਟਰ ਪੈ ਰਿਹਾ ਵਾ ਕੋਡ, ਉਹ ਅੱਗੇ ਤੁਸੀਂ ਵੇਖਣਾ ਕਿਹੜੇ ਰੀਜ਼ਨ ਵਿੱਚ ਪੈ ਰਿਹਾ ਜੀ। ਅਤੇ ਜਿੱਦਾਂ ਮਤਲਬ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਜੀ, ਉਹ ਨੌਰਥਨ ਵੈਸਟਰਨ ਪੈਂਦਾ ਜੀ NWR 'ਚ, ਆਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ। ਨਹੀਂ ਜੀ ਆਹ ਵਾਲਾ NWR, ਇਹਦੇ ਵਿੱਚ ਅੰਮ੍ਰਿਤਸਰ ਹੀ ਪੈਂਦਾ, ਲੁਧਿਆਣਾ, ਜਲੰਧਰ, ਪਟਿਆਲਾ, ਠੀਕ ਆ, ਪੰਜਾਬ ਇਹਦੇ ਅੰਦਰ ਪੈ ਜਾਂਦਾ ਜੀ। ਅਤੇ ਤੁਹਾਨੂੰ ਮਿਲ ਕੇ ਜਿਹੜਾ ਐਗਜ਼ਾਮ ਫਸਟ ਆਉਣਾ ਉਹਦੇ ਕੀ ਕੀ ਆਊਗਾ ਜੀ, ਤੁਹਾਨੂੰ ਆਉਣਾ ਜੀ ਪੇਪਰ ਇੱਕ ਇੰਗਲਿਸ਼ ਦਾ ਆਉਣਾ ਜੀ, ਜਰਨਲ ਰੀਜ਼ਨਿੰਗ, ਮੈਥ ਅਤੇ ਜਰਨਲ ਅਵੇਅਰਨੈਸ ਮਤਲਬ ਕਿ GK, 25-25 ਕੁਸ਼ਚਨ ਆਉਣੇ ਆ ਜੀ। 1 ਨੰਬਰ ਦਾ ਤੁਹਾਨੂੰ ਕੁਸ਼ਚਨ ਆਉਣਾ ਵਾ, ਟੋਟਲ 100 ਨੰਬਰ ਦਾ ਪੇਪਰ ਹੋਣਾ ਜੀ ਤੁਹਾਡਾ, ਅਤੇ ਟੋਟਲ ਤੁਹਾਨੂੰ 90 ਮਿੰਟ ਮਿਲਣੇ ਆ, ਠੀਕ ਆ ਜੀ। ਅਤੇ ਜਿਹੜੇ ਦੂਜੇ ਕੈਂਡੀਡੇਟ ਆ ਜੀ ਉਹਨਾਂ ਨੂੰ ਵੱਧ ਟਾਈਮ ਮਿਲੂਗਾ ਜੀ, ਠੀਕ ਆ ਜੀ। ਅਤੇ ਜਿਹੜਾ ਤੁਹਾਡਾ ਪਹਿਲਾ ਪੇਪਰ ਆ ਜੀ ਉਹ ਮਲਟੀ ਚੋਇਸ ਹੋਊਗਾ, ਮਤਲਬ ਕਿ MCQ ਪੇਪਰ ਹੋਣਾ ਜੀ, ਇੰਗਲਿਸ਼ ਅਤੇ ਹਿੰਦੀ ਵਿੱਚ ਆਊਗਾ, ਅਤੇ ਸਿਰਫ ਇੰਗਲਿਸ਼ ਦਾ ਪੇਪਰ ਇੰਗਲਿਸ਼ 'ਚ ਆਊਗਾ, ਬਾਕੀ ਸਾਨੂੰ ਤੁਹਾਨੂੰ ਇੰਗਲਿਸ਼ ਅਤੇ ਹਿੰਦੀ ਵਿੱਚ ਮਿਲੇਗੇ। ਅਤੇ ਇੰਡਕਟਿਵ ਮਾਰਕਿੰਗ 0.25 ਨੰਬਰ ਦੀ ਹੈਗੀ ਆ ਜੀ। ਅਤੇ ਜਿਹੜਾ ਦੂਜਾ ਪੇਪਰ ਹੁੰਦਾ ਜੀ, ਜਿਹੜੇ ਪਾਸ ਹੋ ਜਾਣਗੇ ਉਹਨਾਂ ਨੂੰ ਇੱਕ ਐਸੇ ਲਿਖਾਇਆ ਜਾਊਗਾ ਜੀ, ਅਤੇ 8ਵੀਂ ਸ਼ਡਿਊਲ ਮਤਲਬ ਕਿ ਅਨੁਸੂਚੀ ਅਨੁਸਾਰ ਜਿਹੜੀਆਂ ਵੀ ਭਾਸ਼ਾ ਹੈਗੀਆਂ ਜੀ ਉਹਦੇ ਅਕੋਰਡਿੰਗ ਤੁਸੀਂ ਕਿਸੇ ਵੀ ਭਾਸ਼ਾ ਵਿੱਚ ਲਿਖ ਸਕਦੇ ਹੋ ਜੀ ਪੈਰਾਗ੍ਰਾਫ, ਜਾਂ ਮਤਲਬ ਕਿ ਕੋਈ ਲੈਟਰ ਲਿਖਾ ਸਕਦੇ ਆ ਜੀ। ਅਤੇ 50 ਨੰਬਰ ਦੀ ਹੋਣੀ ਆ ਜੀ ਉਹ, ਠੀਕ ਆ ਜੀ। 45 ਮਿੰਟ ਦਿੱਤੇ ਜਾਣੇ ਆ ਜੀ।
ਜਿਹੜੇ ਦੂਜੇ ਕੈਂਡੀਡੇਟ ਉਹਨਾਂ ਨੂੰ ਟਾਈਮ ਬਾਅਦ ਮਿਲਦਾ। ਸੋਰੀ ਅਤੇ ਜਿਹੜੇ ਦੂਜੇ ਕੈਂਡੀਡੇਟ ਆ ਜੀ ਉਹਨਾਂ ਨੂੰ 60 ਮਿੰਟ ਮਿਲਣੇ ਆ, ਜਿਹੜੇ ਅਦਰ ਆ ਜੀ ਜੋ ਨੋਰਮਲ ਵਾਲੇ ਬੰਦੇ ਉਹਨਾਂ ਨੂੰ 45 ਮਿੰਟ, ਕਿਉਂਕਿ ਜਿਹਨਾਂ ਕੋਈ ਹੈਂਡੀਕੈਪ ਨਹੀਂ ਹੈਗੇ। ਅਤੇ ਸਿਲੇਬਸ ਦਿੱਤਾ ਗਿਆ ਜੀ, ਕਿਹੜਾ ਕਿਹੜਾ ਤੁਹਾਨੂੰ ਸਿਲੇਬਸ ਆਊਗਾ ਜੀ ਤੁਸੀਂ ਦੇਖ ਸਕਦੇ ਹੋ ਜੀ ਜੇ ਤੁਹਾਨੂੰ ਪੇਪਰ ਹੋਣਾ। ਅਤੇ ਫਿਜੀਕਲ ਜਿਹੜਾ ਹੈਗਾ ਜੀ ਟੈਸਟ ਤੁਹਾਡਾ ਹੈਗਾ ਜੀ, ਅਤੇ ਅਤੇ ਜਿਹੜਾ ਵਾਕਿੰਗ ਆ ਜੀ 1600 ਮੀਟਰ ਜੀ 15 ਮਿੰਟਾਂ 'ਚ, ਅਤੇ ਜਿਹੜੇ ਫੀਮੇਲ ਆ ਜੀ ਉਹਨਾਂ ਨੇ 1 ਕਿਲੋਮੀਟਰ 20 ਮਿੰਟਾਂ 'ਚ, ਅਤੇ ਜਿਹੜੇ ਸਾਈਕਲਿੰਗ ਆ ਜੀ 8 ਕਿਲੋਮੀਟਰ ਕਰਨੀ ਹੈ ਤੁਸੀਂ 30 ਮਿੰਟਾਂ 'ਚ, ਅਤੇ ਜਿਹੜੇ ਆ ਜੀ ਕੁੜੀਆਂ ਨੇ 3 ਕਿਲੋਮੀਟਰ ਆ ਜੀ 25 ਮਿੰਟ। ਠੀਕ ਆ ਜੀ, ਇਹ ਟੈਸਟ ਹੋਣਾ ਤੁਹਾਡਾ। ਅਤੇ ਹਾਈਟ ਦੀ ਗੱਲ ਕਰਦੇ ਹਾਂ ਜੀ, ਇਹ 157.5 ਸੈਂਟੀਮੀਟਰ ਵਾਲਾ ਜੀ ਉਹ ਇਲੀਜੀਬਲ ਆ ਜੀ। ਚੈਸਟ ਕਿੰਨੀ ਚਾਹੀਦੀ? 76 ਚਾਹੀਦੀ ਹੈ, 5 ਮੀਟਰ ਫਲਾ ਚਾਹੀਦਾ ਬਈ। ਹਾਈਟ ਚਾਹੀਦੀ ਹੈ ਕੁੜੀਆਂ ਦੀ 152 ਸੈਂਟੀਮੀਟਰ, ਠੀਕ ਆ ਜੀ, ਅਤੇ 48 ਕੇਜੀ ਉਹਨਾਂ ਦਾ ਵੇਟ ਹੋਵੇ। ਠੀਕ ਆ ਜੀ, ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਇਹਨਾਂ ਐਲੀਜੀਬਲ ਆ ਜੀ ਉਹ ਅਪਲਾਈ ਕਰ ਸਕਦਾ ਵਾ। ਕਿਹੜੇ ਕਿਹੜੇ ਤੁਹਾਡੇ ਤੋਂ ID ਪਰੂਫ ਹੋਣੇ ਚਾਹੀਦੇ ਆ ਜੀ, ਤੁਸੀਂ ਲਾ ਸਕਦੇ ਹੋ ਐਡਮਿਸ਼ਨ ਟਾਈਮ ਜਦੋਂ ਪ੍ਰਿੰਟ ਕਰਨੀ ਆ ਅਪਲਾਈ ਕਰਨਾ ਜੀ, ਉਹ ਤੁਸੀਂ ਦੇਖ ਸਕਦੇ ਹੋ। ਅਤੇ ਜਿਹੜੇ ਤੁਹਾਨੂੰ ਮਿਨੀਮਮ ਨੰਬਰ ਕਿੰਨੇ ਚਾਹੀਦੇ ਆ ਜੀ ਪਹਿਲੇ ਪੇਪਰ 'ਚ ਪਾਸ ਕਰਨ ਲਈ, ਕਿ ਉਹ ਤੋਂ ਘੱਟ ਨਹੀਂ ਚਾਹੀਦੇ, ਜਨਰਲ 30%, OBC EW 25% ਤੋਂ ਘੱਟ ਨਹੀਂ ਚਾਹੀਦੇ, ਅਤੇ ਆਹ ਜਿਹੜੀ ਕੈਟਾਗਰੀ ਵਾਲਾ 20% ਨੰਬਰ ਘੱਟ ਨਹੀਂ ਚਾਹੀਦੇ। ਠੀਕ ਆ ਜੀ, ਇਹ ਤੋਂ ਵਾਲਾ ਜਿਹੜਾ ਨੀਚੇ ਆ ਜਾਂਦਾ ਵਾ ਉਹ ਐਲੀਜੀਬਲ ਨਹੀਂ ਹੁੰਦਾ। ਜਿਹੜੀ ਹੋਰ ਇਨਫੋਰਮੇਸ਼ਨ ਆ ਜੀ ਉਹ ਆਪਾਂ ਕੱਢ ਲੈਂਦੇ ਹਾਂ। ਆਹ ਤੁਹਾਡੇ ਸਰਟੀਫਿਕੇਟ ਹੋਣਾ ਚਾਹੀਦਾ, ਜਿਹੜਾ ਵੀ ਕੈਟਾਗਰੀ ਦਾ ਤੁਸੀਂ ਸਰਟੀਫਿਕੇਟ ਜੀ ਉਹਦਾ ਪਰਫੋਰਮਾ ਇੱਦਾਂ ਦਾ ਹੋਵੇ, ਜਿਹਦਾ ਇੱਦਾਂ ਦਾ ਨਹੀਂ ਆ ਜੀ ਉਹ ਬਣਵਾ ਲਿਆ ਆਪਣਾ। ਅਤੇ ਜਦੋਂ ਅਪਲਾਈ ਕਰਨਾ ਜੀ ਕਿਹੜੀ ਕਿਹੜੀ ਤਾਂ ਫਾਰਮੇਟ ਕਿੱਦਾਂ ਤੁਹਾਡੇ ਸਾਹਮਣੇ ਆਉਣਾ ਜੀ ਉਹ ਤੁਸੀਂ ਦੇਖ ਸਕਦੇ ਹੋ ਜੀ। ਅਤੇ ਉਹ ਤੁਸੀਂ ਭਰਨਾ ਤਾਂ ਫਾਰਮ, ਤੁਸੀਂ ਫਾਰਮ ਜਿਹੜਾ ਭਰਨਾ ਜੀ ਉਹ ਆਹ ਪਰਫੋਰਮੈਂਸ ਦੇਖ ਕੇ ਭਰ ਸਕਦੇ, ਨੋਟੀਫਿਕੇਸ਼ਨ ਤੁਹਾਨੂੰ ਮਿਲ ਜੂਗਾ ਜੀ। ਅਤੇ ਕਿੱਦਾਂ ਕਿੱਦਾਂ ਸਟੈਪ ਤੁਸੀਂ ਫੋਲੋ ਕਰਨੇ ਆ ਸਾਰੀਆਂ ਹਦਾਇਤਾਂ ਦੱਸੀਆਂ ਗਈਆਂ ਜੀ। ਅਤੇ ਇਸ ਨੂੰ ਵੇਖ ਕੇ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਜੀ। ਅਤੇ ਜਿਹੜਾ ਵੀ ਇਹ ਫਾਰਮ ਭਰਨਾ ਚਾਹੁੰਦਾ ਜੀ ਤੁਸੀਂ A to Z ਦੇਖ ਸਕਦੇ ਹੋ। ਫੋਟੋਗ੍ਰਾਫ ਤੁਹਾਡੀ ਕਿੱਦਾਂ ਦੀ ਚਾਹੀਦੀ, ਇੱਦਾਂ ਦੀ ਫੋਟੋ ਸਭ ਤੋਂ ਪਹਿਲਾਂ ਜੀ ਉੱਦਾਂ ਦੀ ਫੋਟੋ ਹੋਵੇ, ਬਾਕੀ ਅਦਰ ਫੋਟੋ ਨਾ ਹੋਣ। ਅਤੇ ਪਰਫੋਰਮੇ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਕਿ ਇੱਦਾਂ ਦੇ ਪਰਫੋਰਮੇ ਹੋਣੇ ਚਾਹੀਦੇ ਆ ਜੀ। ਬਾਕੀ ਆ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਜੀ ਪੁੱਛ ਸਕਦੇ ਹੋ, ਬਾਕੀ ਜਿਹੜੀ ਇੰਪੋਰਟੈਂਟ ਨਿਊਜ਼ ਸੀ ਮੈਂ ਤੁਹਾਨੂੰ ਦੱਸ ਚੁੱਕਿਆ ਜੀ।